ਉਹ ਫਰਮਾਉਂਦੇ ਨੇ ਜਦੋਂ ਮੈਂ ਛੋਟਾ ਜਿਹਾ ਬੱਚਾ ਸਾਂ, ਮੇਰਾ ਬਾਪ ਫੌਤ ਹੋ ਗਿਆ ਸੀ, ਅੱਬੂ ਕੋਈ ਨਹੀਂ ਸੀ, ਅਤੇ ਮੈਂ ਸਕੂਲ ਪੜ੍ਹਨ ਵਾਸਤੇ ਜਾਇਆ ਕਰਦਾ। ਮਾਂ ਦਾ ਇੱਕੋ ਇੱਕ ਪੁੱਤਰ ਸੀ, ਮੇਰੀ ਮਾਂ ਮੇਰੇ ਨਾਲ ਬੜਾ ਪਿਆਰ ਕਰਦੀ ਸੀ। ਮੇਰੀ ਮਾਂ ਮੇਰੇ ਹੀ ਸਕੂਲ ਦੇ ਅੰਦਰ ਉੱਥੇ ਬੁਰਚੀ ਦਾ ਕੰਮ ਕਰਿਆ ਕਰਦੀ, ਉੱਥੇ ਚਾਵਾਂ ਬਣਾ ਕੇ ਦਿਆ ਕਰਦੀ ਸੀ, ਅਤੇ ਮੈਨੂੰ ਆਪਣੀ ਮਾਂ ਨਾਲ ਨਫ਼ਰਤ ਬੜੀ ਸੀ। ਮੈਨੂੰ ਮੇਰੀ ਮਾਂ ਚੰਗੀ ਨਹੀਂ ਸੀ ਲੱਗਦੀ, ਤੈਨੂੰ ਕਿਉਂ ਨਹੀਂ ਸੀ ਚੰਗੀ ਲੱਗਦੀ? ਆਂਦਾ ਜੀ, ਮੇਰੀ ਮਾਂ ਦੀ ਅੱਖ ਦਾ ਇੱਕ ਡੇਲਾ ਹੀ ਕੋਈ ਨਹੀਂ ਸੀ, ਉਹਦੀ ਵਜ੍ਹਾ ਕਰਕੇ ਮੇਰੀ ਮਾਂ ਦੀ ਸ਼ਕਲ ਬੜੀ ਡਰਾਵਣੀ ਜੀ ਲੱਗਦੀ ਸੀ, ਲੋਕ ਬੜੀਆਂ ਗੱਲਾਂ ਕਰਿਆ ਕਰਦੇ ਸਨ। ਮੈਂ ਆਪਣੀ ਮਾਂ ਨੂੰ ਬੜੀ ਸਖਤੀ ਨਾਲ ਮਨ੍ਹਾ ਕੀਤਾ ਹੋਇਆ ਸੀ, ਨੀ ਮਾਂ ਗੱਲ ਸੁਣਨਾ, ਸਕੂਲ ਅੰਦਰ ਪਤਾ ਕਿਸੇ ਨੂੰ ਨਹੀਂ ਲੱਗਣਾ ਚਾਹੀਦਾ ਕਿ ਤੂੰ ਮੇਰੀ ਮਾਂ ਹੈ, ਮੈਂ ਤੇਰਾ ਪੁੱਤਰ ਹਾਂ, ਮੇਰੀ ਤੋਹੀਨ ਹੋ ਜਾਏਗੀ, ਮੇਰੀ ਇਨਸਲਟ ਹੋ ਜਾਏਗੀ। ਮੈਂ ਮਾਂ ਤੂੰ ਦੂਰ ਦੂਰ ਰਿਹਾ ਕਰਦਾ, ਘਰ ਜਾਂਦਾ ਮਾਂ ਰੋਟੀ ਦਿੰਦੀ, ਚੁੱਕ ਕੇ ਸਾਈਡ 'ਤੇ ਲਿਜਾ ਕੇ ਖਾਂਦਾ, ਉਹਦੇ ਕੋਲ ਭੈਣਾ ਗਵਾਰਾ ਨਹੀਂ ਕਰਦਾ। ਮੇਰੀ ਮਾਂ ਮੈਨੂੰ ਚੁੰਮਣ ਵਾਸਤੇ ਮੇਰੇ ਕਰੀਬ ਆਉਂਦੀ, ਅਤੇ ਮੈਂ ਉਹਨੂੰ ਗਾਲੀਆਂ ਕੱਢਣ ਲੱਗ ਜਾਂਦਾ, ਜਾ ਚਲੀ ਜਾ ਮੇਰੇ ਕੋਲੋਂ ਦੂਰ, ਮੇਰੇ ਕੋਲ ਨਾ ਬੈਠੀ ਕਰ, ਮੈਨੂੰ ਡਰ ਲੱਗਦਾ ਹੈ, ਮੈਨੂੰ ਤੂੰ ਚੰਗੀ ਨਹੀਂ ਲੱਗਦੀ। ਅਤੇ ਮਾਂ ਇਕੱਲੀ ਬਹਿ ਕੇ ਰੋ ਰੋ ਕੇ ਗੁਜ਼ਾਰਾ ਕਰ ਲੈਂਦੀ, ਫਿਰ ਮੈਂ ਰੁੱਸ ਕੇ ਚਲਾ ਜਾਂਦਾ। ਮਾਂ ਮੇਰੀਆਂ ਮਿੰਨਤਾਂ ਕਰ ਕਰਕੇ ਤਰਲੇ ਪਾ ਪਾ ਕੇ ਮੈਨੂੰ ਵਾਪਸ ਲੈ ਆਇਆ ਕਰਦੀ। ਇੱਕ ਦਿਨ ਮੈਂ ਜਨਾਬ ਨਰਾਜ਼ ਹੋ ਗਿਆ, ਦੋ ਦਿਨ ਆਪਣੀ ਮਾਂ ਕੋਲ ਗਿਆ ਕੋਈ ਨਹੀਂ, ਯਾਰਾਂ ਬੇਲੀਆਂ ਕੋਲ ਫਿਰਦਾ ਰਿਹਾ, ਅਤੇ ਮੇਰੀ ਮਾਂ ਸਕੂਲ ਅੰਦਰ ਚਲੀ ਗਈ ਹੈ, ਅਤੇ ਮੇਰੇ ਦੋਸਤਾਂ ਨੂੰ ਕਹਿਣ ਲੱਗੀ, ਇੱਥੇ ਮੇਰਾ ਪੁੱਤਰ ਅਬਦੁਲ ਰਹਿਮਾਨ ਹੈ, ਤੁਹਾਡੇ ਨਾਲ ਪੜ੍ਹਦਾ ਜਿਹੜਾ ਅਬਦੁਲ ਰਹਿਮਾਨ। ਬੱਚਿਆਂ ਆਖਿਆ, ਬੀਬੀ ਉਹ ਤੇਰਾ ਪੁੱਤਰ ਹੈ? ਕਹਿਣ ਲੱਗੀ, ਹਾਂ ਮੇਰੇ ਜਿਗਰ ਦਾ ਟੁਕੜਾ ਹੈ, ਉਹ ਅੱਲਾ ਵਾਲਿਓ, ਅੱਲਾ ਵਾਲਿਓ ਅਬਦੁਲ ਰਹਿਮਾਨ ਕਹਿੰਦਾ ਹੈ। ਜਦੋਂ ਮੈਂ ਆਇਆ ਨਾ ਕਲਾਸ ਅੰਦਰ, ਅਤੇ ਬੱਚੇ ਮੇਰਾ ਮਜ਼ਾਕ ਉਡਾਉਣ ਲੱਗ ਪਏ, ਆਉਂਦੇ ਨੇ, ਇਹ ਉਹ ਬੱਚਾ ਜਿਹਦੀ ਮਾਂ ਦੀ ਅੱਖ ਹੀ ਕੋਈ ਨਹੀਂ, ਉਹਦਾ ਡੇਲਾ ਹੀ ਕੋਈ ਨਹੀਂ, ਝੁੜੇਲਾਂ ਤਰ੍ਹਾਂ ਲੱਗਦੀ ਹੈ, ਅਜੀਬ ਜਿਹੀ ਡਰਾਵਣੀ ਸ਼ਕਲ ਹੈ ਇਹਦੇ। ਮੈਨੂੰ ਬੜਾ ਗੁੱਸਾ ਆ ਗਿਆ, ਮੈਂ ਚਲਾ ਗਿਆ ਘਰ ਅੰਦਰ, ਅਤੇ ਇੱਕ ਸੋਟੀ ਫੜੀ ਹੈ, ਅਜੇ ਚੜ੍ਹਦੀ ਜਵਾਨੀ ਨੂੰ ਪਹੁੰਚ ਰਿਹਾ ਸੀ, ਸੋਟੀ ਫੜੀ ਹੈ, ਮਾਰ ਮਾਰ ਕੇ ਮੈਂ ਆਪਣੀ ਮਾਂ ਦਾ ਜਿਸਮ ਸੁਜਾ ਦਿੱਤਾ ਹੈ, ਬੜਾ ਮਾਰਿਆ ਹੈ, ਅਤੇ ਮਾਂ ਦੀ ਪੁੱਤਰ ਮੇਰੀ ਗਲਤੀ 'ਤੇ ਦੱਸ ਨਾ, ਮੇਰਾ ਕਸੂਰ 'ਤੇ ਦੱਸ ਨਾ, ਮੈਂ ਤੈਨੂੰ ਰੋਕਿਆ ਸੀ, ਤੂੰ ਮੇਰੇ ਯਾਰਾਂ ਨੂੰ ਨਹੀਂ ਦੱਸਣਾ, ਤੂੰ ਮੇਰੀ ਮਾਂ ਹੈ, ਮੇਰੀ ਇੱਜ਼ਤ ਦਾ ਜਨਾਜ਼ਾ ਨਿਕਲ ਗਿਆ ਹੈ। ਮੈਨੂੰ ਮਜ਼ਾਕ ਕਰਦੇ ਪਏ ਨੇ, ਪੁੱਤਰ ਨਾ ਵੀ ਉੱਥੇ ਕਵਾਂ, ਅਤੇ ਫਿਰ ਮੈਂ ਕਿਹੜਾ ਤੇਰੀ ਮਾਂ ਕੋਈ ਨਹੀਂ ਰਹਿਣਾ, ਹੈ ਤਾਂ ਮੈਂ ਤੇਰੀ ਮਾਂ ਵਾਂ, ਮਾਂ ਨੂੰ ਇੰਝ ਨਹੀਂ ਕਰੀਦਾ, ਮਾਂ ਦੇ ਨਾਲ ਜ਼ੁਲਮ ਨਹੀਂ ਕਰੀਦਾ। ਕਹਿੰਦਾ, ਨਹੀਂ ਮੇਰਾ ਤੇਰੇ ਨਾਲ ਤਾਲਕ ਹੀ ਕੋਈ ਨਹੀਂ। ਇਹਨੇ ਮੈਂ ਮਾਰਿਆ, ਮਾਂ ਰੋਂਦੀ ਰਹੀ, ਮੈਂ ਤੇ ਮੈਂ ਕਸਮ ਚੁੱਕ ਕੇ ਆ ਗਿਆ, ਮਾਂ ਦੁਬਾਰਾ ਤੇਰੇ ਦਰਵਾਜ਼ੇ 'ਤੇ ਮੈਂ ਕਦੀ ਨਹੀਂ ਆਉਣਾ, ਤੇਰਾ ਮੇਰਾ ਰਿਸ਼ਤਾ ਖਤਮ ਹੋ ਗਿਆ। ਮਾਂ ਰੋ ਰੋ ਕੇ ਜ਼ਿੰਦਗੀ ਗੁਜ਼ਾਰੀ, ਪੜ੍ਹਦਾ ਪੜ੍ਹਦਾ ਚੰਗੇ ਨੰਬਰ ਲੈ ਗਿਆ, ਮੈਨੂੰ ਕਿਸੇ ਬੰਦੇ ਨੇ ਸਪੋਰਟ ਕੀਤੀ, ਦੂਸਰੇ ਮੁਲਕਾਂ 'ਚ ਪੜ੍ਹਨ ਵਾਸਤੇ ਚਲਾ ਗਿਆ। ਕਈ ਸਾਲਾਂ ਦੇ ਬਾਅਦ, ਜਦੋਂ 22-25 ਸਾਲਾਂ ਦੇ ਬਾਅਦ ਆ ਕੇ ਚੰਗੀ ਨੌਕਰੀ 'ਤੇ ਲੱਗ ਗਿਆ ਵਾਂ, ਚੰਗੀ ਕੋਠੀ ਬਣਾ ਲਈਏ, ਸ਼ਾਦੀ ਕਰ ਲਈਏ, ਅੱਲਾਹੁ ਅਕਬਰ, ਬੱਚੇ ਹੋ ਗਏ ਨੇ, ਅਤੇ ਮੈਂ ਆਪਣੀ ਜ਼ਿੰਦਗੀ ਗੁਜ਼ਾਰਿਆ, ਕਦੀ ਮੈਨੂੰ ਮਾਂ ਦਾ ਖਿਆਲ ਨਹੀਂ ਸੀ ਆਇਆ। ਮੈਂ ਕਿਹਾ, ਮਰ ਗਈ ਹੋਏਗੀ, ਮਿੱਟੀ ਨਾਲ ਮਿੱਟੀ ਹੋ ਗਈ ਹੋਏਗੀ, ਰੋਲਾ ਮੁੱਕ ਗਿਆ ਹੋਏਗਾ। ਇੱਕ ਦਿਨ ਮੇਰੇ ਦਰਵਾਜ਼ੇ 'ਤੇ ਦਸਤਕ ਹੋਈ ਹੈ, ਦਰਵਾਜ਼ਾ ਖਟਖਟਾਇਆ ਗਿਆ ਹੈ, ਅਤੇ ਮੇਰਾ ਬੱਚਾ ਦੌੜ ਕੇ ਆਇਆ ਦਰਵਾਜ਼ੇ 'ਤੇ। ਜਦੋਂ ਦਰਵਾਜ਼ਾ ਖੋਲਿਆ ਹੈ, ਇੱਕ ਬੁੱਢੀ ਬੀਬੀ ਇਹ ਵਾਲ ਖਿਲਰੇ ਹੋਏ ਨੇ, ਕੱਪੜੇ ਫਟੇ ਹੋਏ ਨੇ, ਉਦੋਂ ਬੀਬੀ ਦੇ ਵਾਲ ਜਦੋਂ ਸਾਈਡ 'ਤੇ ਹੋਏ ਨਾ, ਉਸ ਬੀਬੀ ਨੂੰ ਵੇਖ ਕੇ ਮੇਰਾ ਬੱਚਾ ਚੀਖਾਂ ਮਾਰਨ ਲੱਗ ਪਿਆ। ਮੈਂ ਦੌੜ ਕੇ ਆਇਆ ਆਪਣੇ
ਬੱਚੇ ਦੇ ਵੱਲ, ਮੇਰਾ ਲਾਲ ਮੇਰੇ ਪੁੱਤਰ ਨੂੰ ਕੀ ਹੋਇਆ ਏ? ਅੱਲਾਹੁ ਅਕਬਰ। ਤੇ ਮੈਂ ਵੇਖਿਆ ਉਹੀ ਬੁੱਢੀ ਮਾਈ ਮੇਰੀ ਮਾਂ ਏ, ਉਹਦੀ ਉਸ ਸ਼ਕਲ ਉਹਦੀ ਅੱਖ ਦਾ ਡੇਲਾ ਨਾ ਆਉਣ ਦੀ ਵਜ੍ਹਾ ਕਰਕੇ ਮੇਰਾ ਪੁੱਤਰ ਉਹਦੇ ਤੋਂ ਡਰ ਗਿਆ ਏ। ਅਤੇ ਮੈਂ ਵੇਖਿਆ, ਮੈਂ ਆਖਿਆ ਤੂੰ ਇੱਥੇ ਕੀ ਲੈਣ ਆਈ ਏ? ਅਤੇ ਮੇਰੀ ਮਾਂ ਮੇਰੇ ਪੈਰਾਂ 'ਚ ਡਿੱਗ ਪਈ, ਕਹਿਣ ਲੱਗੀ ਪੁੱਤਰ ਮੈਂ ਤੈਨੂੰ ਵੇਖਣ ਵਾਸਤੇ ਆਈ ਹਾਂ, ਜ਼ਿੰਦਗੀ ਦਾ ਪਤਾ ਕੋਈ ਨਹੀਂ। ਮੈਂ ਆਖਿਆ ਜੀਂਦਿਆਂ ਜੀਂਦਿਆਂ ਇੱਕ ਵਾਰ ਤੈਨੂੰ ਵੇਖ ਲਵਾਂ ਵੇ ਜ਼ਾਲਮਾ, ਕਦੀ ਤੇਰਾ ਦਿਲ ਨਹੀਂ ਕੀਤਾ ਮਾਂ ਨੂੰ ਮਿਲਣ ਦੇ, ਕਦੀ ਤੇਰਾ ਦਿਲ ਨਹੀਂ ਕੀਤਾ ਮਾਂ ਦਾ ਹਾਲ ਪੁੱਛਣ ਦੇ, ਇਤਨੀ ਬਿਮਾਰ ਹੋ ਗਈ ਹਾਂ, ਇਹ ਵੇਖ ਮੇਰੇ ਜਿਸਮ ਦੀ ਹਾਲਤ। ਵੇ ਪੁੱਤਰਾ ਵੱਡਾ ਅਫਸਰ ਬਣ ਗਿਆ ਏ, ਸ਼ਾਦੀ ਕਰਕੇ ਬਹਿ ਗਿਆ ਏ, ਬੱਚੇ ਅੱਲਾ ਨੇ ਦੇ ਦਿੱਤੇ ਨੇ, ਕਦੀ ਮੇਰੇ ਕੋਲ ਵੀ ਆ ਜਾਂਦਾ, ਮੇਰਾ ਵੀ ਦਿਲ ਕਰਦਾ ਏ ਤੈਨੂੰ ਮਿਲਣ ਵਾਸਤੇ। ਅਤੇ ਮੈਨੂੰ ਫਿਰ ਵੀ ਹਯਾ ਨਾ ਆਇਆ, ਮੈਂ ਤੱਕਾ ਮਾਰਿਆ ਜਾ ਚਲੀ ਜਾ, ਬਚਪਨ ਅੰਦਰ ਤੂੰ ਮੈਨੂੰ ਡਰਾਉਂਦੀ ਸੀ, ਹੁਣ ਮੇਰੀ ਔਲਾਦ ਨੂੰ ਡਰਾਉਣ ਆ ਗਈ ਏ। ਦੋ ਚਾਰ ਹਜ਼ਾਰ ਰੁਪਈਆ ਕੱਢਿਆ ਅਤੇ ਮਾਂ ਦੇ ਮੈਂ ਮੂੰਹ 'ਤੇ ਮਾਰਿਆ ਏ, ਕਹਿੰਦਾ ਲੈ ਚਲੀ ਜਾ ਅਤੇ ਮੇਰੇ ਕੋਲ ਦੁਬਾਰਾ ਨਾ ਆਈ। ਮਾਂ ਜ਼ਮੀਨ ਤੂੰ ਇੱਕ ਇੱਕ ਪੈਸਾ ਚੁੱਕ ਚੁੱਕ ਕੇ ਮੇਰੀ ਮਾਂ ਨੇ ਮੈਨੂੰ ਪੜਾਇਆ, ਲੈ ਪੁੱਤਰ ਜੇ ਇੰਨੀ ਤੈਨੂੰ ਮੇਰੀ ਨਫ਼ਰਤ ਏ, ਮੈਂ ਮਰ ਜਾਵਾਂ ਤੈਨੂੰ ਪਰਵਾਹ ਕੋਈ ਨਹੀਂ, ਅਤੇ ਫਿਰ ਮੈਨੂੰ ਕਿਹੜੀ ਲੋੜ ਏ, ਮੈਂ ਤੇਰੇ ਦਰ 'ਤੇ ਆਵਾਂ, ਮੈਨੂੰ ਤੇਰੇ ਪੈਸਿਆਂ ਦੀ ਟੱਕਿਆਂ ਦੀ ਲੋੜ ਕੋਈ ਨਹੀਂ, ਮੇਰਾ ਅੱਲਾ ਮੈਨੂੰ ਦਿੱਤੀ ਜਾਂਦਾ ਏ, ਜਦੋਂ ਬੁਲਾਏਗਾ ਮੈਂ ਚਲੀ ਜਾਵਾਂਗੀ। ਲੈ ਅੱਜ ਤੋਂ ਬਾਅਦ ਅਬਦੁਰਰਹਿਮਾਨ ਕਦੀ ਤੇਰੇ ਦਰਵਾਜ਼ੇ 'ਤੇ ਨਹੀਂ ਆਵਾਂਗੀ, ਪਛਤਾਏਗਾ, ਇਸ ਦਿਨ ਨੂੰ ਬੜਾ ਰੋਏਗਾ। ਕਹਿਣ ਲੱਗੇ ਦਿਨ ਗੁਜ਼ਰ ਗਏ, ਕਈ ਸਾਲਾਂ ਦੇ ਬਾਅਦ ਉਹੀ ਜਿਹੜਾ ਸਕੂਲ ਮੈਂ ਪੜ੍ਹਿਆ ਸੀ, ਜਿੱਥੇ ਮੈਟ੍ਰਿਕ ਕੀਤਾ ਸੀ, ਉਸੇ ਸਕੂਲ ਅੰਦਰ ਇੱਕ ਫੰਕਸ਼ਨ 'ਤੇ ਉਹਨਾਂ ਮੈਨੂੰ ਮਹਿਮਾਨ ਬੁਲਾ ਲਿਆ, ਮੈਂ ਚਲਾ ਗਿਆ। ਅਤੇ ਮੇਰੇ ਐਵੇਂ ਖਿਆਲ ਆਇਆ, ਯਾਰ ਇੱਥੇ ਮੇਰੀ ਗਲੀ 'ਚ ਮਾਂ ਰਿਹਾ ਕਰਦੀ ਸੀ, ਇੱਥੇ ਮੇਰੇ ਬਾਪ ਦਾ ਘਰ ਸੀ, ਚਲੋ ਆਪਣਾ ਘਰ 'ਤੇ ਵੇਖ ਕੇ ਆਵਾਂ ਕੀ ਸੂਰਤ ਹਾਲ ਹੈ। ਐਵੇਂ ਜ਼ਿਹਨ ਅੰਦਰ ਗੱਲ ਆ ਗਈ, ਮੈਂ ਗਿਆ ਵਾਂ, ਦਰਵਾਜ਼ਾ ਟੁੱਟਿਆ ਪਿਆ ਏ, ਜਾਲੇ ਲੱਗੇ ਪਏ ਨੇ, ਹਾਲੋਂ ਬੇਹਾਲ ਮਕਾਨ ਏ। ਅਤੇ ਮੈਂ ਐਵੇਂ ਸੋਚਦਾ ਸੋਚਦਾ ਸੀੜੀ 'ਤੇ ਬਹਿ ਗਿਆ, ਅਬਦੁਰਰਹਿਮਾਨ ਤੂੰ ਕਿੱਡਾ ਸੰਗ ਦਿਲ ਬੰਦਾ ਸੀ, ਤੇਰੀ ਮਾਂ ਮਰ ਗਈ, ਤੂੰ ਜਨਾਜ਼ਾ ਵੀ ਨਹੀਂ ਪੜਿਆ ਮਾਂ ਦਾ। ਸੋਚੀ ਜਾਂਦਾ ਵਾਂ, ਇੱਕ ਬਜ਼ੁਰਗ ਆਇਆ ਏ, ਉਹਦੇ ਹੱਥ ਅੰਦਰ ਮੇਰੇ ਮਕਾਨ ਦੀ ਚਾਬੀ ਏ ਅਤੇ ਇੱਕ ਖੱਤ ਲਿਖਿਆ ਆਇਆ, ਇੰਝ ਕਰਕੇ ਮੈਨੂੰ ਫੜਾ, ਕਹਿੰਦਾ ਤੂੰ ਅਬਦੁਰਰਹਿਮਾਨ ਏ? ਮੈਂ ਕਿਹਾ ਜੀ ਮੈਂ ਅਬਦੁਰਰਹਿਮਾਨ ਹਾਂ। ਕਹਿਣ ਲੱਗਾ ਲੈ ਇਹ ਤੇਰੀ ਅਮਾਨਤ, ਤੇਰੀ ਮਾਂ ਮਰਦੇ ਵੇਲੇ ਮੇਰੇ ਜ਼ਿੰਮੇ ਲਾ ਗਈ ਸੀ, ਕਹਿੰਦੀ ਸੀ ਕਦੀ ਜ਼ਿੰਦਗੀ ਅੰਦਰ ਜੇ ਮੇਰੇ ਪੁੱਤਰ ਆ ਹੀ ਜਾਵੇ, ਇਹ ਮੇਰੇ ਪੁੱਤਰ ਦੇ ਮਕਾਨ ਦੀਆਂ ਚਾਬੀਆਂ ਉਹਨੂੰ ਦੇ ਚੜ੍ਹ। ਉਹ ਜ਼ਾਲਮਾ ਸਾਰੀ ਜ਼ਿੰਦਗੀ ਜਿਹਨੂੰ ਬੁਲਾਉਣਾ ਪਸੰਦ ਨਹੀਂ ਉਹ ਕੀਤਾ, ਉਹ ਜਾਂਦੀ ਵਾਰ ਮਕਾਨ ਦੀਆਂ ਚਾਬੀਆਂ ਫਿਰ ਤੇਰੇ ਵਾਸਤੇ ਛੱਡ ਕੇ ਗਈ ਏ, ਇਹ ਤੇਰੇ ਮਕਾਨ ਦੀਆਂ ਚਾਬੀਆਂ ਨੇ, ਇਹ ਤੇਰੇ ਵਾਸਤੇ ਇੱਕ ਲੈਟਰ ਏ, ਇਹਨੂੰ ਪੜ੍ਹ ਲੈ। ਕਹਿਣ ਲੱਗਾ ਮੈਂ ਖੋਲਿਆ ਲੈਟਰ ਅਤੇ ਮੈਂ ਪੜ੍ਹਨ ਲੱਗਾ, ਮਾਂ ਦੀ ਅਬਦੁਰਰਹਿਮਾਨ ਤੂੰ ਜਦੋਂ ਆਏਗਾ ਮੈਂ ਦੁਨੀਆ 'ਤੇ ਕੋਈ ਨਹੀਂ ਆਉਣਾ, ਪਰ ਅਬਦੁਰਰਹਿਮਾਨ ਗੱਲ ਸੁਣਨਾ, ਸਾਰੀ ਜ਼ਿੰਦਗੀ ਮੇਰੇ ਨਾਲ ਨਫ਼ਰਤ ਕਰਦਾ ਰਿਹਾ ਏ, ਮੈਨੂੰ ਚੰਗਾ ਨਹੀਂ ਉਹ ਜਾਣਿਆ, ਇੱਕ ਵਾਰ ਮੈਨੂੰ ਪਿਆਰ ਨਾਲ ਅੰਮੀ ਕਹਿ ਕੇ ਨਹੀਂ ਉਹ ਬੁਲਾਇਆ। ਅਬਦੁਰਰਹਿਮਾਨ ਤੇਰੀਆਂ ਮਰਜ਼ੀਆਂ ਨੇ, ਚਲੋ ਤੇਰੀ ਮਰਜ਼ੀ, ਮੈਂ ਤੈਨੂੰ ਬਦਦੁਆ ਤਾਂ ਨਹੀਂ ਦਿੰਦੀ, ਪਰ ਅਬਦੁਰਰਹਿਮਾਨ ਇੱਕ ਗੱਲ ਜਿਹੜੀ ਜ਼ਿੰਦਗੀ ਅੰਦਰ ਮੈਂ ਤੈਨੂੰ ਕਦੀ ਨਹੀਂ ਦੱਸੀ ਸੀ, ਅੱਜ ਇਸ ਲੈਟਰ ਅੰਦਰ ਲਿਖਾਉਂਦੀ ਪਈ ਹਾਂ। ਅੱਲਾਹੁ ਅਕਬਰ, ਕੀ ਗੱਲ ਲਿਖੀ ਹੋਈ ਏ? ਵੇ ਪੁੱਤਰ ਇਹ ਜਿਹੜੇ ਅੱਖ ਦੇ ਡੇਲੇ ਦੀ ਵਜ੍ਹਾ ਕਰਕੇ ਮੈਨੂੰ ਮਨੂਸ ਜਾਣਦਾ ਸੀ, ਮੈਨੂੰ ਚੁੜੇਲ ਜਾਣਦਾ ਸੀ, ਮੈਨੂੰ ਮੰਦਾ ਬੋਲਦਾ ਸੀ, ਮੈਨੂੰ ਵੇਖਣਾ ਮੈਨੂੰ ਮਾਂ ਕਹਿਣਾ ਪਸੰਦ ਨਹੀਂ ਸੀ ਕਰਦਾ, ਵੇ ਪੁੱਤਰਾ ਤੂੰ ਤਾਂ ਕਦੀ ਪੁੱਛਿਆ ਵੀ ਨਹੀਂ ਏ, ਇਹ ਮੇਰੀ ਅੱਖ ਦਾ ਡੇਲਾ ਜ਼ਾਇਆ ਕਿਵੇਂ ਹੋਇਆ ਏ, ਕਦੀ ਪੁੱਛਿਆ ਵੀ ਨਹੀਂ ਏ ਮੇਰੀ ਅੱਖ ਦਾ ਡੇਲਾ ਕਿਵੇਂ ਚਲਾ ਗਿਆ ਏ। ਅੱਲਾਹੁ ਅਕਬਰ, ਅੱਗੇ ਲਿਖਿਆ ਪੁੱਤਰ
ਮੈਂ ਤੈਨੂੰ ਸਕੂਲ ਛੱਡਣ ਜਾ ਰਹੀ ਸੀ, ਰਸਤੇ ਅੰਦਰ ਤੇਰਾ ਐਕਸੀਡੈਂਟ ਹੋ ਗਿਆ ਅਤੇ ਜਦੋਂ ਵੈਗਨ ਵੱਜੀਏ ਮੇਰਾ ਪੁੱਤਰ ਤੇਰੀ ਅੱਖ ਦਾ ਡੇਲਾ ਬਾਹਰ ਆ ਗਿਆ। ਜਦੋਂ ਅੱਖ ਦਾ ਡੇਲਾ ਬਾਹਰ ਆਇਆ ਨਾ ਅਤੇ ਤੂੰ ਹਸਪਤਾਲ ਅੰਦਰ ਸੀ ਅਤੇ ਮੈਂ ਜਦੋਂ ਤੈਨੂੰ ਵੇਖਦੀ ਸੀ ਮੇਰਾ ਕਲੇਜਾ ਬਾਹਰ ਆ ਜਾਂਦਾ ਸੀ। ਮੈਂ ਕਹਿੰਦੀ ਸੀ ਹਾਏ ਮੇਰਾ ਪੁੱਤਰ ਪੜਨ ਜਾਏਗਾ, ਲੋਕ ਮੇਰੇ ਪੁੱਤਰ ਨੂੰ ਮਜ਼ਾਕ ਕਰਨਗੇ, ਬੱਚੇ ਮੇਰੇ ਪੁੱਤਰ ਤੂੰ ਦੂਰ ਜਾਇਆ ਕਰਨਗੇ, ਡਰਿਆ ਕਰਨਗੇ, ਮੇਰੇ ਪੁੱਤਰ ਨੂੰ ਲੋਕ ਕਾਣਾ ਕਹਿਣਗੇ, ਅੱਖ ਤੂੰ ਅੰਨਾ ਕਹਿਣਗੇ। ਅਤੇ ਮੈਨੂੰ ਚੰਗਾ ਨਾ ਲੱਗਿਆ, ਮੈਂ ਉਸ ਡਾਕਟਰ ਦੇ ਪੈਰ ਨੱਪੇ, ਮੈਂ ਉਸ ਡਾਕਟਰ ਦੀਆਂ ਮਿੰਨਤਾਂ ਕੀਤੀਆਂ, ਮੈਂ ਤਰਲੇ ਪਾਏ, ਅੱਲਾ ਦਾ ਵਾਸਤਾ ਹੀ ਮੇਰੇ ਪੁੱਤਰ ਨੂੰ ਮੇਰੀ ਅੱਖ ਦਾ ਡੇਲਾ ਲਾ ਦੇ, ਮੇਰੀ ਅੱਖ ਦਾ ਡੇਲਾ ਲਾ ਦੇ। ਉਹ ਮੇਰਾ ਅੱਖ ਦਾ ਡੇਲਾ ਕੱਢ ਕੇ ਉਹਨਾਂ ਡਾਕਟਰਾਂ ਨੇ ਤੇਰੀ ਅੱਖ ਵਿੱਚ ਰੱਖ ਦਿੱਤਾ ਹੈ। ਉਹ ਮੇਰੀ ਅੱਖ ਲੈ ਕੇ ਵੀ ਮੈਨੂੰ ਇੱਕ ਅੱਖ ਵੇਖਣਾ ਗਵਾਰਾ ਨਹੀਂ ਸੀ ਕਰਦਾ। ਅਬਦੁਰਰਹਿਮਾਨ ਤੇਰੀ ਮਰਜ਼ੀ ਹੈ, ਚਲੋ ਕੋਈ ਗੱਲ ਨਹੀਂ, ਇਹ ਮੈਂ ਤਹਿਰੀਰ ਕੀਤਾ ਹੈ ਜਿਹਦੀ ਵਾਸਤੇ ਨਫ਼ਰਤ ਕਰਦਾ ਰਿਹਾ ਹੈ। ਉਹ ਅੱਖ ਦਾ ਡੇਲਾ ਮਾਂ ਤੈਨੂੰ ਦੇ ਕੇ ਗਈ ਹੈ। ਉਹ ਪੁੱਤਰਾ ਮੈਂ ਤੇ ਸਾਰਾ ਸਰਮਾਇਆ ਤੇਰੇ 'ਤੇ ਲਾਇਆ। ਹਾਏ ਹਾਏ ਅਬਦੁਰਰਹਿਮਾਨ ਆਉਂਦਾ, ਮੈਂ ਉੱਥੇ ਟਾੜੇ ਮਾਰ ਕੇ ਰੋਂਦਾ ਰਿਹਾ ਵਾਂ, ਚੀਖਾਂ ਮਾਰਦਾ ਰਿਹਾ ਵਾਂ, ਚਿਲਾਉਂਦਾ ਰਿਹਾ ਵਾਂ, ਟੱਕਰਾਂ ਮਾਰਦਾ ਰਿਹਾ ਵਾਂ। ਉਹ ਲੋਗੋ ਅੱਲਾ ਦਾ ਵਾਸਤਾ, ਜੇ ਆਪਣੀਆਂ ਮਾਵਾਂ ਨਾਲੇ ਜਿਹਦਾ ਸਲੂਕ ਨਾ ਕਰਿਆ ਜੇ, ਅਬਦੁਰਰਹਿਮਾਨ ਮਾਂ ਦਾ ਅਹਿਸਾਨ ਕਦੋਂ ਉਤਾਰ ਸਕੇਗਾ? ਮਾਂ ਦੀ ਇੱਜ਼ਤ ਨਾ ਕਰਿਆ ਨਾ ਕਰ ਸਕਿਆ ਸਾਰੀ ਜ਼ਿੰਦਗੀ, ਅਤੇ ਮਾਂ 'ਤੇ ਡੇਲਾ ਵੀ ਮੇਰੇ 'ਤੇ ਖਪਾ ਦਿੱਤਾ ਸੀ। ਹੁਣ ਮੈਂ ਬੜਾ ਪਛਤਾਨਾ ਵਾਂ, ਮੇਰੇ ਕੋਲੋਂ ਸਾਰੀ ਦੁਨੀਆ ਦੀਆਂ ਦੌਲਤਾਂ, ਸਾਰੀ ਦੁਨੀਆ ਦੀਆਂ ਸ਼ੌਹਰਤਾਂ ਲੈ ਲਓ, ਮੇਰੀ ਮਾਂ ਇੱਕ ਵਾਰ ਮੇਰੇ ਸਾਹਮਣੇ ਲਿਆ ਕੇ ਬਿਠਾ ਛੱਡੋ, ਪਰ ਮਾਂ ਐਸੀ ਅਜੀਬ ਹਸਤੀ ਏ, ਹੁਣ ਨਹੀਂ ਲੱਭੇਗੀ ਜ਼ਮਾਨੇ ਵਿੱਚੋਂ। ਜੇ ਟੁਰ ਗਈ ਏ ਕਬਰ ਅੰਦਰ, ਉਹ ਚੱਲਿਆ ਮਾਂ ਨਹੀਂ ਉਹ ਲੱਭਣੀ, ਉਹ ਚੱਲਿਆ ਮਾਂ ਨਹੀਂ ਉਹ ਲੱਭਣੀ, ਇਹੋ ਜਿਹੀ ਮਿੱਠੀ ਤੇ ਠੰਡੀ ਕਿਤੇ ਵੀ ਛਾਂ ਨਹੀਂ ਉਹ ਲੱਭਣੀ, ਉਹ ਚੱਲਿਆ ਮਾਂ ਨਹੀਂ ਉਹ ਲੱਭਣੀ, ਉਹ ਚੱਲਿਆ ਮਾਂ ਨਹੀਂ ਉਹ ਲੱਭਣੀ। ਜਦੋਂ ਚੱਲਿਆ ਮਾਂ ਨਹੀਂ ਉਹ ਲੱਭਣੀ, ਉਹ ਚੱਲਿਆ ਮਾਂ ਨਹੀਂ ਉਹ ਲੱਭਣੀ। ਰੋਵਾਂਵੇਂਗਾ ਸਤਾਵੇਂਗਾ ਜੇ ਦਿਲ ਮਾਂ ਦਾ ਦੁਖਾਵੇਂਗਾ, ਰੋਵਾਂਵੇਂਗਾ ਸਤਾਵੇਂਗਾ ਜੇ ਦਿਲ ਮਾਂ ਦਾ ਦੁਖਾਵੇਂਗਾ। ਗਮਾਂ ਤੂੰ ਸਰ ਛੁਪਾਵਣ ਦੀ ਕਿਤੇ ਵੀ ਥਾਂ ਨਹੀਂ ਉਹ ਲੱਭਣੀ, ਉਹ ਚੱਲਿਆ ਮਾਂ ਨਹੀਂ ਉਹ ਲੱਭਣੀ। ਤੁਰ ਗਈ ਜੇ ਕਬਰ ਅੰਦਰ, ਤੁਰ ਗਈ ਜੇ ਕਬਰ ਅੰਦਰ, ਉਹ ਚੱਲਿਆ ਮਾਂ ਨਹੀਂ ਉਹ ਲੱਭਣੀ, ਉਹ ਬੰਦਿਆ ਮਾਂ ਨਹੀਂ ਉਹ ਲੱਭਣੀ।
ਇਹਨਾਂ ਮਾਪਿਆਂ ਦਾ ਖਿਆਲ ਕਰਿਆ ਕਰ। ਅੱਲਾਹੁ ਅਕਬਰ, ਐਸੇ ਮੰਦਰ ਤੁਸੀਂ ਵੇਖੇ ਹੋਣਗੇ, ਚਿੱਟੀ ਦਾੜੀ ਵਾਲਾ ਬਜ਼ੁਰਗ ਸਫੇਦ ਦਾੜੀ ਹੋ ਗਈ ਹੈ ਅਤੇ ਖੜ੍ਹਾ ਹੈ ਮਜ਼ਦੂਰਾਂ ਦੀ ਸਫ ਅੰਦਰ, ਇੰਤਜ਼ਾਰ ਅੰਦਰ ਖੜ੍ਹਾ ਹੈ, ਮੈਂ ਆਪਣੇ ਬੱਚਿਆਂ ਵਾਸਤੇ ਕੁਝ ਕਮਾ ਕੇ ਲਿਜਾਣਾ ਹੈ। ਆਉਣ ਵਾਲਾ ਆਇਆ, ਕਹਿਣ ਲੱਗਾ ਮੈਨੂੰ 20 ਬੰਦਿਆਂ ਦੀ ਜ਼ਰੂਰਤ ਹੈ, ਆਓ ਮੇਰੇ ਨਾਲ ਮਜ਼ਦੂਰੀ ਕਰਨ ਵਾਸਤੇ ਜਾਣਾ ਹੈ। ਅਤੇ ਬਾਬਾ ਜੀ ਅੱਗੇ ਵਧੇ ਨੇ, ਕਹਿੰਦੇ ਨੇ ਪੁੱਤਰ ਮੈਨੂੰ ਵੀ ਨਾਲ ਲੈ ਕੇ ਜਾ, ਮੈਂ ਵੀ ਮਜ਼ਦੂਰੀ ਕਰਨ ਵਾਸਤੇ ਹਾਂ। ਬਾਬਾ ਤੂੰ ਬੁੱਢਾ ਹੋ ਗਿਆ ਹੈ, ਤੇਰੀਆਂ ਹੱਡੀਆਂ ਕਮਜ਼ੋਰ ਹੋ ਗਈਆਂ ਨੇ, ਹੁਣ ਤੇਰੇ ਕੋਲ ਉਤਲੀ ਮੰਜ਼ਿਲ 'ਤੇ ਕੰਮ ਨਹੀਂ ਕੀਤਾ ਜਾਏਗਾ। ਅਤੇ ਬਾਬਾ ਕਹਿੰਦਾ ਪੁੱਤਰ ਤੈਨੂੰ ਅੱਲਾਹ ਦਾ ਵਾਸਤਾ ਹੀ, ਮੈਨੂੰ ਵੀ ਨਾਲ ਲੈ ਜਾ, ਮੇਰੇ ਘਰ ਬੱਚੇ ਭੁੱਖੇ ਬੈਠੇ ਨੇ, ਮੈਂ ਵਾਅਦਾ ਕਰਕੇ ਆਇਆ ਸ਼ਾਮ ਨੂੰ ਆਵਾਂਗਾ, ਬੱਚਿਓ ਤੁਹਾਡੇ ਵਾਸਤੇ ਆਟਾ ਲੈ ਕੇ ਆਵਾਂਗਾ, ਤੀਆਂ ਨੂੰ ਕਹਿ ਕੇ ਆਇਆ ਵਾਂ ਸ਼ਾਮ ਨੂੰ ਆਵਾਂਗਾ, ਤੁਹਾਡੇ ਵਾਸਤੇ ਵੀ ਕੁਛ ਸਾਜ਼ੋ ਸਮਾਨ ਲੈ ਕੇ ਆਵਾਂਗਾ, ਪੁੱਤਰ ਨਾਲ ਵਾਅਦਾ ਕਰਕੇ ਆਇਆ ਵਾਂ, ਪੁੱਤਰ ਸ਼ਾਮ ਨੂੰ ਘਰ ਆਵਾਂਗਾ, ਤੇਰੇ ਵਾਸਤੇ ਖਰਚੇ ਲੈ ਕੇ ਆਵਾਂਗਾ। ਪੁੱਤਰ ਗੱਲ ਸੁਣ, ਬਾਕੀਆਂ ਨੂੰ 1000-1000 ਦੇਵੀਂ, ਮੈਨੂੰ 700 ਦੇ ਦੇ, ਮੈਂ ਗੁਜ਼ਾਰਾ ਕਰ ਲਵਾਂਗਾ, ਮੈਨੂੰ ਪਤਾ ਹੈ ਮੈਂ ਬੁੱਢਾ ਹੋ ਗਿਆ, ਮੈਨੂੰ ਪਤਾ ਹੈ ਮੇਰੀ ਦਾੜੀ ਸਫੇਦ ਹੋ ਗਈ ਹੈ। ਚਲਾ ਗਿਆ ਬਾਬਾ, ਨੌਜਵਾਨਾਂ ਨਾਲ ਦੌੜ ਦੌੜ ਕੇ ਮਜ਼ਦੂਰੀਆਂ ਪਿਆ ਕਰਦਾ ਹੈ, ਜਵਾਨ ਮਜ਼ਾਕ ਨਾ ਕਰਨ, ਬਾਬਾ ਕੰਮ ਚੋਰ ਹੈ, ਬਾਬੇ ਦੀਆਂ ਬੁੱਢੀਆਂ ਹੱਡੀਆਂ 'ਤੇ ਜ਼ਰਬਾਂ ਲੱਗ ਰਹੀਆਂ ਨੇ, ਇਹਦੇ ਪੁੱਤਰ ਘਰ ਦੇ ਅੰਦਰ ਬੈਠਾ ਹੋਇਆ ਹੈ। ਆਉਂਦਾ ਅੱਜ ਅੱਬੂ ਆਏਗਾ ਮੈਂ ਇੰਨਾ ਖਰਚਾ ਲਵਾਂਗਾ, ਅੱਬੂ ਆਏਗਾ ਮੈਂ ਫਲਾਂ ਖਿਲਾਉਣਾ ਲਵਾਂਗਾ, ਅੱਬੂ ਆਏਗਾ ਮੈਂ ਆਪਣੀਆਂ ਮੰਮ ਦੀਆਂ ਮੁਰਾਦਾਂ ਮੰਗਾਂਗਾ। ਅੱਲਾਹੁ ਅਕਬਰ, ਤੇ ਬਾਪ ਸਾਰਾ ਦਿਨ ਹੱਡੀਆਂ 'ਤੇ ਜ਼ਰਬਾਂ ਲਵਾ ਰਿਹਾ, ਕੰਮ ਕਰਦਾ ਹੋਇਆ ਸ਼ਾਮ ਨੂੰ ਘਰ ਆਇਆ, ਦਰਵਾਜ਼ਾ ਖੋਲਿਆ, ਧੀਆਂ ਵੀ ਬਾਬੇ ਦੇ ਸੀਨੇ ਨਾਲ ਨੇ ਅਤੇ ਪੁੱਤਰ ਵੀ ਬਾਬੇ ਦੇ ਸੀਨੇ ਨਾਲ ਹੈ। ਲਿਆਓ ਸਾਡਾ ਖਰਚਾ ਕੱਢੋ, ਲਿਆਓ ਸਾਡੀਆਂ ਡਿਮਾਂਡਾਂ ਪੂਰੀਆਂ ਕਰੋ। ਅੱਲਾਹੁ ਅਕਬਰ, ਬੀਵੀ ਵੀ ਕੋਲ ਆ ਗਈ ਅਤੇ ਪੁੱਤਰ ਨੇ ਮਾਰਿਆ ਹੱਥ ਬਾਪ ਦੀ ਕਮੀਜ਼ ਅੰਦਰ, ਜਿੰਨੇ ਹੱਥੀਂ ਆ ਗਏ ਨੇ ਲੈ ਕੇ ਦੌੜ ਗਿਆ ਹੈ ਅਤੇ ਬੀਵੀ ਪਿੱਛੋਂ ਮਾਂ ਵਾਅਦਾ ਮਾਰੀ, ਵੇ ਪੁੱਤਰ ਰੁਕ ਜਾ, ਵਾਪਸ ਆ ਜਾ, ਤੇਰੇ ਬਾਪ ਨੇ ਬੜੀ ਮਿਹਨਤ ਨਾਲੇ ਪੈਸੇ ਕਮਾਏ ਨੇ, ਆ ਜਾ ਵਾਪਸ ਆ ਜਾ, ਪੁੱਤਰ ਕੋਈ ਥੋੜ੍ਹੇ ਪੈਸੇ ਲੈ ਜਾ, ਇਹ ਮੇਰੇ ਸਿਰ ਦੇ ਤਾਜ, ਇਹਨੂੰ ਥੋੜ੍ਹੇ ਪੈਸੇ ਦਿਓ, ਵਾਪਸ ਬੁਲਾ ਲਓ, ਨਾ ਇਹਨੇ ਪੈਸੇ ਦਿਓ, ਜੇ ਮੈਂ ਗਵਾਂਢੀਆਂ ਦਾ ਕਰਜ਼ਾ ਵੀ ਦੇਣਾ, ਜੇ ਘਰ 'ਚ ਆਟਾ ਕੋਈ ਨਹੀਂ, ਘਰ 'ਚ ਘੀ ਕੋਈ ਨਹੀਂ, ਚੀਨੀ ਕੋਈ ਨਹੀਂ, ਮੈਂ ਬੱਚੀਆਂ ਵਾਸਤੇ ਵੀ ਕੁਝ ਲੈਣਾ, ਇਹਨੂੰ ਵਾਪਸ ਬੁਲਾ ਲਓ। ਅਤੇ ਮੈਂ ਵੇਖੇ ਨੇ ਇਸੇ ਮੰਦਰ, ਬਾਬੇ ਦੀਆਂ ਅੱਖਾਂ 'ਤੇ ਨਾ ਮੋਹ ਜਾਂਦੀਆਂ ਨੇ, ਪਰ ਆਂਦਾ ਨਾ ਕਰਮਾਂ ਵਾਲੀਏ, ਮੇਰੇ ਪੁੱਤਰ ਨੂੰ ਛਿੜਕਾ ਨਾ ਮਾਰਿਆ ਕਰ, ਮੇਰੇ ਪੁੱਤਰ ਨੂੰ ਥੱਪੜ ਨਾ ਮਾਰਿਆ ਕਰ, ਮੇਰੇ ਪੁੱਤਰ ਨੂੰ ਨਾ ਇੰਜ ਸਖਤੀ ਨਾਲ ਬੋਲਿਆ ਕਰ। ਕੋਈ ਗੱਲ ਨਹੀਂ, ਅੱਜ ਬੱਚਾ ਇਹ ਕੱਲ੍ਹ ਜਵਾਨ ਹੋ ਜਾਏਗਾ, ਇਹਦੇ ਵਾਸਤੇ ਹੀ ਤਾਂ ਮੈਂ ਧੱਕੇ ਖਾਂਦਾ ਫਿਰਨਾ, ਇਹਦੇ ਵਾਸਤੇ ਹੀ ਤਾਂ ਮੈਂ ਮਿਹਨਤਾਂ ਕਰਦਾ ਫਿਰਨਾ, ਇਹਦੇ ਵਾਸਤੇ ਹੀ ਤਾਂ ਬੁੱਢੀਆਂ ਹੱਡੀਆਂ 'ਤੇ ਜ਼ਰਬਾਂ ਲਵਾਉਂਦਾ ਫਿਰਨਾ, ਕੱਲ੍ਹ ਜਵਾਨ ਹੋਏਗਾ ਮੈਨੂੰ ਸੰਭਾਲ ਲਵੇਗਾ, ਕੱਲ੍ਹ ਜਵਾਨ ਹੋਏਗਾ ਸਾਨੂੰ ਕਮਾ ਕੇ ਖਵਾਵੇਗਾ। ਪਰ ਇਹ ਪੁੱਤਰ ਏਡਾ ਜ਼ਾਲਮ ਨਿਕਲਿਆ, ਏਡਾ ਬਦਮਾਸ਼ ਨਿਕਲਿਆ, ਜਦੋਂ ਜਵਾਨ ਹੋਇਆ, ਜਵਾਨ ਹੋਇਆ, ਬਾਪ ਨੇ ਸਾਰੀ ਜ਼ਿੰਦਗੀ ਮਿਹਨਤਾਂ ਕਰ ਕਰਕੇ ਪੜ੍ਹਾਇਆ, ਬਾਪ ਨੇ ਸਾਰੀ ਜ਼ਿੰਦਗੀ ਮੁਸ਼ਕਤਾਂ ਬਰਦਾਸ਼ਤ ਕਰ ਕਰਕੇ ਪੜ੍ਹਾਇਆ, ਇਹ ਜਵਾਨ ਹੋ ਗਿਆ ਏ। ਅਤੇ ਆਂਦਾ ਬਾਬਾ ਤੂੰ ਕੌਣ ਏ, ਮੈਂ ਕੌਣ ਆ, ਮੈਂ ਚੌਧਰੀ ਹਾਂ, ਮੇਰੇ ਸਾਹਮਣੇ ਨਾ ਆਇਆ ਕਰ, ਤੂੰ ਜਨਾਬ ਧੋਤੀ ਬਣ ਕੇ ਆ ਜਾਂਦਾ, ਤੂੰ ਮੈਲੇ ਕੱਪੜੇ ਪਾ ਕੇ ਆ ਜਾਂਦਾ, ਮੇਰੀ ਇੱਜ਼ਤ ਨਹੀਂ ਰਹਿੰਦੀ, ਮੇਰੇ ਯਾਰ ਸੱਜਣ ਬੇਲੀ ਮੈਨੂੰ ਮਜ਼ਾਕ ਕਰਦੇ ਨੇ, ਉਹ ਬੇਹਯਾਵਾ, ਤੇਰੇ ਬਾਪ ਨੇ ਤੇ ਚਿੱਟੇ ਕੱਪੜਿਆਂ 'ਤੇ ਦਾਗ ਲੱਗਣ ਲੱਗਿਆ, ਕਦੀ ਨਹੀਂ ਸੀ ਸੋਚਿਆ ਜਦੋਂ ਤੂੰ ਮੈਲੇ ਪੈਰ ਲੈ ਕੇ ਬਾਪ ਦੇ ਸੀਨੇ 'ਤੇ ਚੜ੍ਹ ਜਾਂਦਾ ਸੀ, ਉਹ ਤੇਰੇ ਬਾਪ ਨੇ
ਸਮੇਂ ਤੇ ਕਦੀ ਖਿਆਲ ਨਹੀਂ ਸੀ ਕੀਤਾ, ਅੱਜ ਤੈਨੂੰ ਤੇਰੀਆਂ ਇੱਜ਼ਤਾਂ ਦੀ ਬਣ ਕੇ ਏਡੇ ਬਦ ਨਸੀਬ ਤੇ ਬਦ ਬਖਤ ਨੇ, ਬੈਠੇ ਨੇ ਯਾਰਾਂ 'ਚ ਬਹਿ ਜਾਂਦਾ ਤੇ ਫਿਰ ਗੱਲਾਂ ਬੜੀਆਂ ਅਜੀਬ ਕਰਦੇ ਨੇ ਯਾਰਾਂ 'ਚ ਬਹਿ ਕੇ। ਅਖੇ ਜੀ ਉਹ ਕਿਸੇ ਆਖਿਆ, ਯਾਰ ਬੜੀ ਗੱਲ ਹੈ, ਸਮੁੰਦਰੀ ਪਲਾਟ ਦੋ ਚਾਰ ਲੈ ਲੈਣੀ, ਉਹ ਸਮੁੰਦਰੀ ਤੂੰ ਕੋਠੀ ਬਣਾ ਲਈ, ਗੱਡੀ ਲਈ ਫਿਰਨਾ, ਬੜੀ ਗੱਲ ਹੈ। ਅਤੇ ਆਉਂਦਾ ਤੁਹਾਨੂੰ ਤਾਂ ਪਤਾ ਹੈ ਮੇਰਾ ਪਿਓ ਤਾਂ ਹੈ ਹੀ ਪੱਲੂ ਜਿਹਾ ਸੀ, ਉਹਨੂੰ ਕਿਹੜੀ ਕੋਈ ਗੱਲ ਸੀ, ਦੋ ਕਨਾਲ ਜ਼ਮੀਨ ਪਿੰਡ ਲੈ ਕੇ ਬੈਠਾ ਹੋਇਆ ਸੀ, ਅਤੇ ਜੇ ਮੈਂ ਉਹਦੇ 'ਤੇ ਰਹਿੰਦਾ ਨਾ ਤਾਂ ਬਸ ਮੈਂ ਵੀ ਉਹ ਹੀ ਕਰਦਾ, ਫਿਰ ਜੇ ਉਹਦੇ 'ਤੇ ਰਹਿੰਦਾ ਤਾਂ ਮੇਰਾ ਵੀ ਕੋਈ ਹਾਲ ਹੈ, ਤਾਂ ਮੈਂ ਸਿਆਣਾ ਨਿਕਲਿਆ, ਮੈਂ ਪੜ ਗਿਆ, ਮੈਂ ਪਲਾਟ ਲਿਆ, ਮੈਂ ਕਮੇਟੀਆਂ ਪਾਈਆਂ, ਕੋਠੀ ਬਣਾਈ, ਗੱਡੀ ਲਈ। ਵੇਖੋ ਨਾ, ਜੇ ਮੈਂ ਨਾ ਆਉਂਦਾ ਨਾ ਪਲਾਟ ਹੁੰਦਾ, ਮੈਂ ਨਾ ਆਉਂਦਾ ਨਾ ਗੱਡੀ ਹੁੰਦੀ, ਮੈਂ ਨਾ ਆਉਂਦਾ ਅਤੇ ਨਾ ਇਹ ਜਨਾਬ ਕੋਠੀ ਹੁੰਦੀ, ਮੈਂ ਨਾ ਆਉਂਦਾ ਫਲਾਨ। ਉਹ ਕਮਲਿਆ ਤੈਨੂੰ ਕਿਸੇ ਨਹੀਂ ਸਮਝਾਇਆ ਕੋਠੀਆਂ ਅਤੇ ਗੱਡੀਆਂ 'ਤੇ ਮਾਣ ਪਿਆ ਕਰਨਾ, ਮੈਂ ਨਾ ਆਉਂਦਾ ਉਹ ਨਾ ਆਉਂਦਾ, ਉਹ ਜੇ ਤੇਰਾ ਬਾਪ ਨਾ ਆਉਂਦਾ ਤਾਂ ਤੂੰ ਕਿੱਥੋਂ ਆਉਂਦਾ। ਜਿਹੜੇ ਬਾਪ ਦਾ ਤੂੰ ਹਯਾ ਨਹੀਂ ਕਰਦਾ, ਜੇ ਚਿੱਟੀ ਦਾੜੀ ਵਾਲਾ ਬਾਬਾ ਤੇਰੇ ਘਰ ਦਾ ਤੇਰਾ ਬਾਪ ਨਾ, ਇਹਨੂੰ ਲੋਕ ਕਹਿੰਦੇ ਹੁੰਦੇ ਤਾਂ ਤੈਨੂੰ ਲੋਕ ਹਰਾਮ ਦਾ ਕਹਿੰਦੇ ਹੁੰਦੇ। ਬਾਪ ਦੀ ਤੈਨੂੰ ਇੱਜ਼ਤ ਹੀ ਕੋਈ ਨਹੀਂ, ਆਪਣੇ ਬੁੱਢੇ ਬਾਪ ਦਾ ਤੈਨੂੰ ਹਯਾ ਹੀ ਕੋਈ ਨਹੀਂ। ਮੈਂ ਨਾ ਆਉਂਦਾ ਫਲਾਂ ਨਾ ਆਉਂਦਾ, ਜੇ ਬਾਬਾ ਨਾ ਨਾ ਆਉਂਦਾ ਤਾਂ ਲੋਕਾਂ ਤੈਨੂੰ ਹਰਾਮ ਦਾ ਕਹਿਣਾ ਸੀ। ਤੇਰੀ ਘਰ ਦੀ ਚਾਰ ਦੀਵਾਰੀ 'ਚ ਬੈਠੀ ਜਿਹੜੀ ਤੇਰੀ ਬੁੱਢੀ ਮਾਂ ਅਤੇ ਤੇਰਾ, ਅੱਲਾਹ ਨੇ ਹਯਾ ਇਹਦੀ ਵਜ੍ਹਾ ਕਰਕੇ ਰੱਖਿਆ ਹੈ। ਲੋਕ ਉਹਨੂੰ ਤੇਰੀ ਮਾਂ ਕਹਿੰਦੇ ਨੇ, ਤੈਨੂੰ ਇਹਦਾ ਬੇਟਾ ਇਸ ਵਜ੍ਹਾ ਕਰਕੇ ਕਹਿੰਦੇ ਨੇ, ਤੇਰੀ ਮਾਂ ਦੇ ਦਿਨ ਨਿਕਾਹ ਹੋਇਆ ਸੀ। ਅੱਜ ਤੈਨੂੰ ਬਾਪ ਹੀ ਨਹੀਂ ਚੰਗਾ ਲੱਗਦਾ ਜਿਹਨੇ ਤੇਰੇ ਵਾਸਤੇ ਮਿਹਨਤਾਂ ਕੀਤੀਆਂ, ਉਹ ਬਾਪ ਤੋਂ ਵੱਡੀ ਵਫ਼ਾਦਾਰ ਕਰੀ। ਇੱਥੇ ਸੱਕਾ ਭਰਾ ਨਾ ਭਰਾ ਦੀ ਕਾਮਯਾਬੀ ਬਰਦਾਸ਼ਤ ਨਹੀਂ ਕਰਦਾ। ਸੱਕਾ ਭਰਾ ਤੁਸੀਂ ਵੇਖਿਆ ਨਹੀਂ, ਕੁਰਾਨ ਨਹੀਂ ਪੜ੍ਹਿਆ, ਯੂਸਫ ਅਲੈਹਿਸ ਸਲਾਮ ਦੇ ਭਰਾ ਜਿਹੜੇ ਸਨ ਉਹਨਾਂ ਹੀ ਸਿੱਟਿਆ ਸੀ ਨਾ ਖੂਹ ਅੰਦਰ। ਸੱਕੇ ਭਰਾ ਨਹੀਂ ਜੇ ਬਰਦਾਸ਼ਤ ਕਰਦੇ, ਪਰ ਅੱਲਾ ਦੀ ਕਸਮੇ ਬਾਪ ਸਾਰੀ ਜ਼ਿੰਦਗੀ ਮਜ਼ਦੂਰੀ ਕੀਤੀ ਹੈ ਅਤੇ ਪੁੱਤਰ ਨੂੰ ਮੋਢੇ 'ਤੇ ਚੁੱਕ ਕੇ ਸਕੂਲ ਲੈ ਕੇ ਜਾ ਰਿਹਾ ਅਤੇ ਕਹਿੰਦਾ, ਮਾਸਟਰ ਜੀ ਮੈਂ ਤੁਹਾਡੀ ਖਿਦਮਤ ਕਰਿਆ ਕਰਾਂਗਾ, ਇਹ ਦੇਸੀ ਘਿਓ ਜੇ, ਇਹ ਸਾਗ ਜੇ, ਇਹ ਚੀਜ਼ਾਂ ਜੇ ਮੇਰੇ ਪੁੱਤਰ ਨੂੰ ਪੜ੍ਹਾ ਦਿਓ। ਮੈਂ ਤਾਂ ਇੱਟਾਂ ਢੋਈਆਂ ਨੇ, ਮੇਰਾ ਦਿਲ ਕਰਦਾ ਮੇਰਾ ਪੁੱਤਰ ਨਾ ਢੋਵੇ, ਮੇਰਾ ਪੁੱਤਰ ਪੜ੍ਹ ਕੇ ਚੰਗਾ ਬਣ ਜਾਏ, ਅਫਸਰ ਲੱਗ ਜਾਏ। ਬਾਪ ਸਾਰੀ ਜ਼ਿੰਦਗੀ ਆਉਂਦਾ ਮੇਰਾ ਪੁੱਤਰ ਮੇਰੇ ਤੋਂ ਅੱਗੇ ਨਿਕਲ ਜਾਏ, ਮਾਂ ਦੀ ਤਮੰਨਾ ਹੁੰਦੀ ਹੈ ਮੇਰਾ ਪੁੱਤਰ ਅੱਗੇ ਨਿਕਲ ਜਾਏ, ਚੰਗਾ ਚੰਗੀ ਸੀਟ 'ਤੇ ਜਾ ਕੇ ਬਹਿ ਜਾਏ। ਇਹਨਾਂ ਨਾਲ ਵਫਾ ਨਹੀਂ ਜੇ ਕਰਦੇ। ਅੱਲਾਹੁ ਅਕਬਰ, ਤਵੱਜੋ ਕਰਨਾ, ਗੌਰ ਕਰਦੇ ਜਾਣਾ, ਮਾਂ ਬਾਪ ਦਾ ਅਦਬ ਕਰਿਆ ਕਰੋ, ਮਾਂ ਬਾਪ ਦਾ ਇਹਤਰਾਮ ਕਰਿਆ ਕਰੋ। ਵਕਾਦਾ ਰੱਬੂ ਕਾ ਅੱਲਾ ਤਅਬੁਦੂ ਇਲਾ ਇਯਾਹੁ ਵਬਿਲ ਵਾਲਿਦੈਨ ਇਹਸਾਨਾ। ਅੱਲਾ ਫਰਮਾਉਂਦੇ ਨੇ, ਉਹ ਦੁਨੀਆ ਵਾਲਿਓ, ਮਾਂ ਬਾਪ ਨਾਲ ਪਿਆਰ ਕਰਨਾ ਹੈ, ਮਾਂ ਬਾਪ ਨਾਲ ਮੁਹੱਬਤ ਕਰਨੀ ਹੈ, ਮਾਂ ਬਾਪ ਨਾਲ ਉਸਨੇ ਸਲੂਕ ਕਰਨਾ ਹੈ। ਅੱਲਾਹੁ ਅਕਬਰ, ਔਰ ਕਸਮ ਰੱਬੇ ਜ਼ੁਲ ਜਲਾਲ ਦੀ, ਉਹ ਦੁਨੀਆ ਵਾਲਿਓ, ਦੁਨੀਆ ਅੰਦਰ ਬੜੇ ਬੜੇ ਵਫਾ ਦੇ ਦਾਅਵੇਦਾਰ ਤੁਸੀਂ ਵੇਖੇ ਹੋਣਗੇ, ਜਿਹੜੇ ਦਾਅਵੇ ਕਰਦੇ ਨੇ, ਅਸੀਂ ਜਾਨ ਦੇ ਛੱਡਾਂਗੇ ਤੇਰੇ ਵਾਸਤੇ, ਅਸੀਂ ਫਲਾਂ ਕਰ ਜਾਵਾਂਗੇ, ਫਲਾਂ ਕਰ ਜਾਵਾਂਗੇ, ਕੋਈ ਕਿਸੇ ਵਾਸਤੇ ਕੁਝ ਨਹੀਂ ਜੇ ਕਰਦਾ। ਮਾਪੇ ਬੱਚਿਆਂ ਵਾਸਤੇ ਜਾਨਾਂ ਦੇ ਜਾਂਦੇ ਜੇ, ਮਾਪੇ ਬੱਚਿਆਂ ਵਾਸਤੇ ਸਾਰਾ ਕੁਝ ਕੁਰਬਾਨ ਕਰ ਜਾਂਦੇ ਜੇ।